ਸੋ ਹੈਲੋ ਫਰੈਂਡਸ, ਕੀ ਹਾਲ ਆ ਸਾਰਿਆਂ ਦਾ? ਸੋ ਮੈਨੂੰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਅਫਸੋਸ ਆ। ਇੱਕ ਵਾਰ ਇੱਕ ਵੀਰ ਨੇ ਕਮੈਂਟ ਕਰਿਆ ਸੀ ਕਿ ਮੈਨੇ ਰੈਪ ਸੌਂਗ ਲਿਖਣੇ ਨੇ, ਅਤੇ ਮੈਂ ਉਹਦਾ ਰਿਪਲਾਈ ਕਰਤਾ ਸੀ ਕਿ ਮੈਂ ਕਦੇ ਰੈਪ ਸੌਂਗ ਲਿਖੇ ਨਹੀਂ। ਅਤੇ ਬਾਅਦ ਵਿੱਚ ਮੈਨੂੰ ਯਾਦ ਆਇਆ ਮੈਂ ਇੱਕ ਲਿਖਿਆ ਸੀ, ਅਤੇ ਮੈਂ ਉਹ ਬਾਈ ਦੀ ਹੈਲਪ ਨਹੀਂ ਕਰ ਸਕਿਆ। ਜੇ ਉਹ ਬਾਈ ਇਹ ਵੀਡੀਓ ਦੇਖ ਰਿਹਾ ਤਾਂ ਪਲੀਜ਼ ਮੈਨੂੰ ਦੁਬਾਰਾ ਜ਼ਰੂਰ ਕੰਟੈਕਟ ਕਰਿਓ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਤੁਸੀਂ ਰੈਪ ਸੌਂਗ ਆ ਜਿਹੜਾ ਉਹ ਕਿਵੇਂ ਲਿਖ ਸਕਦੇ ਹੋ। ਦੇਖੋ, ਇੱਕ ਤਾਂ ਰੈਪ ਹੁੰਦਾ ਕਮਰਸ਼ੀਅਲ, ਜਿਵੇਂ ਕਰਨ ਔਜਲੇ ਦੇ ਰੈਪ ਹੁੰਦੇ ਨੇ। ਦੂਜਾ ਰੈਪ ਹੁੰਦਾ ਜਿਹਦੇ ਵਿੱਚ ਪਿਓਰ ਰਿਐਲਿਟੀ ਲਿਖੀ ਹੁੰਦੀ ਹੈ, ਜਿਵੇਂ ਤੁਸੀਂ ਐਮੀ ਵੈਂਟਾਈ ਅਤੇ ਹੋਰ ਬਹੁਤ ਸਾਰੇ ਰੈਪਰ ਨੇ ਉਹਨਾਂ ਨੂੰ ਸੁਣਦੇ ਹੋਵੋਗੇ। ਉਹ ਜਿਹੜੇ ਰੈਪ ਲਿਖਦੇ ਨੇ ਉਹ ਜ਼ਿਆਦਾਤਰ ਇੱਦਾਂ ਦੇ ਹੁੰਦੇ ਆ ਕਿ ਆਪਾਂ ਆਪਣੀ ਜ਼ਿੰਦਗੀ ਨਾਲ ਰਿਲੇਟ ਕਰਦੇ ਹਾਂ। ਇੱਕ ਬਹੁਤ ਜ਼ਿਆਦਾ ਵਧੀਆ ਰੈਪਰ ਆ, ਉਹਦਾ ਨਾਮ ਆ ਡੀਨੋ, ਅਤੇ ਤੁਸੀਂ ਯੂਟਿਊਬ 'ਤੇ ਜਾ ਕੇ ਸਰਚ ਕਰਕੇ ਦੇਖਿਓ। ਉਹਦੇ ਜਿੰਨੇ ਵੀ ਤੁਸੀਂ ਰੈਪ ਸੁਣੋਗੇ ਸਭ ਨਾਲ ਤੁਸੀਂ ਰਿਲੇਟ ਕਰੋਗੇ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਤੁਸੀਂ ਕਮਰਸ਼ੀਅਲ ਰੈਪ ਸੌਂਗ ਕਿਵੇਂ ਲਿਖ ਸਕਦੇ ਹੋ, ਅਤੇ ਰਿਐਲਿਟੀ ਬੇਸ ਰੈਪ ਸੌਂਗ ਕਿਵੇਂ ਲਿਖ ਸਕਦੇ ਹੋ। ਦੇਖੋ, ਜਦੋਂ ਤੁਸੀਂ ਕਮਰਸ਼ੀਅਲ ਲਾਈਨ ਵਿੱਚ ਆ ਗਏ, ਆਪਣੀ ਪੰਜਾਬੀ ਇੰਡਸਟਰੀ ਵਿੱਚ ਜਿਹੜੇ ਰੈਪ ਚੱਲਦੇ ਨੇ, ਜਿਵੇਂ ਕਰਨ ਔਜਲੇ ਦੇ ਤੁਸੀਂ ਰੈਪ ਸੁਣਦੇ ਹੋਵੋਗੇ ਗਾਣੇ ਦੇ ਵਿੱਚ, ਜੇ ਉਸ ਤਰ੍ਹਾਂ ਦੇ ਲਿਖਣੇ ਨੇ ਉਹ ਤਾਂ ਸੇਮ ਪ੍ਰੋਸੀਜਰ ਆ, ਜਿਵੇਂ ਕਿ ਆਪਾਂ ਗਾਣੇ ਲਿਖਦੇ ਹੁੰਦੇ ਉਹਦੇ ਵਿੱਚ ਹਵਾ ਵਿੱਚ ਗੱਲਾਂ ਕਰਨੀਆਂ ਹੁੰਦੀਆਂ ਨੇ, ਆਪਣੀ ਵਡਿਆਈ ਕਰਨੀ ਹੁੰਦੀ ਆ ਵਧਾ ਚੜ੍ਹਾ ਕੇ। ਤੁਸੀਂ ਇੱਕ ਦੋ ਵਾਰ ਉਹਨਾਂ ਦੇ ਰੈਪ ਸੁਣੋਗੇ, ਤੁਹਾਨੂੰ ਆਪੇ ਸਮਝ ਆ ਜੂਗੀ ਕਿ ਕਿੱਦਾਂ ਦਾ ਲਿਖਣਾ। ਪਰ ਜਿਹੜੀ ਮੁਸ਼ਕਿਲ ਹੁੰਦੀ ਆ ਰੈਪ ਲਿਖਣ ਵਿੱਚ ਉਹ ਹੁੰਦੀ ਆ ਜਦੋਂ ਆਪਾਂ ਰਿਐਲਿਟੀ ਬੇਸ 'ਤੇ ਕੋਈ ਰੈਪ ਲਿਖਦੇ ਹਾਂ। ਦੇਖੋ, ਰੈਪ ਇੱਦਾਂ ਦਾ ਹੋਣਾ ਚਾਹੀਦਾ ਕਿ ਜਦੋਂ ਕੋਈ ਤੁਹਾਡਾ ਰੈਪ ਸੁਣੇ ਅਤੇ ਉਹ ਆਪਣੇ ਆਪ ਨਾਲ ਰਿਲੇਟ ਕਰੇ। ਅਤੇ ਤੁਸੀਂ ਜਿਹੜਾ ਰੈਪ ਲਿਖਣਾ ਉਹ ਆਪਣੀ ਜ਼ਿੰਦਗੀ ਬਿਆਨ ਕਰਨੀ ਹੈ ਇੱਕ ਤਰ੍ਹਾਂ ਦੀ ਰੈਪ ਦੇ ਰੂਪ ਵਿੱਚ। ਜਿਵੇਂ ਮੈਂ ਇੱਕ ਰੈਪ ਲਿਖਿਆ ਸੀ, ਰੈਪ ਕਹਿ ਸਕਦੇ ਉਹਨੂੰ, ਅਤੇ ਤੁਸੀਂ ਸਮਝਿਓ ਉਹ ਜਿਹੜਾ ਰੈਪ ਆ ਉਹਦੇ ਵਿੱਚ ਮੈਨੇ ਆਪਣੀ ਪੂਰੀ ਫੀਲਿੰਗ ਲਿਖੀ ਹੋਈ ਆ ਕਿ ਸਭ ਉਸ ਵਿੱਚ ਰਿਐਲਿਟੀ ਲਿਖੀ ਹੋਈ ਆ। ਸਿਰਫ ਐਂਡ ਥੋੜ੍ਹਾ ਜਿਹਾ ਮੈਨੇ ਸੋਚ ਕੇ ਲਿਖਿਆ ਸੀ ਕਿਤੇ ਹੋਰ, ਪਰ ਜਿਹੜੀ ਐਂਡ ਤੋਂ ਪਹਿਲਾਂ ਐਂਡ ਵਾਲੀਆਂ ਚਾਰ ਲਾਈਨਾਂ ਨੇ, ਉਹ ਤੋਂ ਪਹਿਲਾਂ ਨੇ ਜਿੰਨੀਆਂ ਵੀ ਲਾਈਨਾਂ ਨੇ ਉਹ ਸਭ ਰਿਐਲਿਟੀ ਆ, ਉਹ ਸਭ ਮੈਂ ਸੋਚਦਾ ਸੀ, ਉਹ ਸਭ ਮੇਰੇ ਨਾਲ ਹੋਈਆਂ ਨੇ। ਸੋ ਸੁਣ ਕੇ ਦੇਖਿਓ ਤੁਹਾਨੂੰ ਕਿੱਦਾਂ ਦਾ ਲੱਗਦਾ। ਬੈਠਾ ਤਾਂ ਹਾਂ ਘਰ ਪੇ, ਹੱਥ ਮੈਂ ਮੋਬਾਈਲ ਥਾ, ਲੋਕ ਤੇ ਸਭ ਸੀਰੀਅਸ, ਮੇਰੇ ਲਈ ਖੇਲ ਥਾ, ਘਰ ਵਾਲੇ ਮੁਝ ਸੇ ਰਹਿਤੇ ਪਰੇਸ਼ਾਨ ਤੇ, ਬਟ ਉਨਕੋ ਕਿਆ ਪਤਾ ਉਨਕੇ ਬੇਟੇ ਕੇ ਵਿਚਾਰ ਕਿਤਨੇ ਮਹਾਨ ਤੇ, ਜੋਬ ਨਹੀਂ ਥੀ ਕਰਨੀ, ਨਾਮ ਥਾ ਕਮਾਉਣਾ ਮੈਨੇ, ਤੂੰ ਹੈ ਸਟਾਰ ਬਈ ਤਾਂ ਸਭ ਸੇ ਕਹਾਣਾ ਮੈਨੇ, ਹਰ ਵੀਕ ਮੈਂ ਤੀਨ ਗੀਤ ਤਾਂ ਮੈਂ ਲਿਖਤਾ, ਸੋਚਤੀ ਵੀ ਤਗੜੀ ਚਾਹੇ ਕਮਜ਼ੋਰ ਸਾ ਮੈਂ ਦਿੱਕਤਾ, ਸੁਪਨੇ ਤਲੇ ਤਾਂ ਰੋਜ਼ ਘੁੰਮੂਗਾ ਮੈਂ ਕਾਰ, ਮੈਂ ਯੂਟਿਊਬ ਪੇ ਡਾਲ ਵੀਡੀਓ ਬਣੂੰਗਾ ਸਟਾਰ, ਮੈਂ ਪੜਾ ਪੜਾ ਘਰ ਪੇ ਖਿਆਲੀ ਪਲਾਓ ਮੈਂ ਪਕਾਤਾ ਥਾ, ਘਰ ਵਾਲੋ ਕੋ ਵੀ ਬੜੇ ਬੜੇ ਸਪਨੇ ਦਿਖਾਤਾ ਥਾ, ਬਟ ਜੋ ਥੀ ਰਿਐਲਿਟੀ ਉਸੇ ਅਣਜਾਣ ਥਾ, ਸੁਪਨੇ ਵੀ ਵੋਹੀ ਟੁੱਟੇ ਜਨ ਪੇ ਮੁਝੇ ਮਾਣ ਥਾ, ਉਠਾ ਕੇ ਕਾਫੀ ਗਾਣੋ ਵਾਲੀ ਅੱਜ ਮੈਨੇ ਜਲਾ ਦੀ, ਥੀ ਜੋ ਆਖਰੀ ਖੁਆਇਸ਼ ਮੇਰੀ ਵੋ ਵੀ ਦਫਨਾ ਦੀ, ਹੀਰਾ ਥਾ ਬਾਈ ਮੈਂ ਕੋਈਲੇ ਮੈਂ ਕੱਢ ਰਹਾ, ਕੱਲ ਕਾ ਸਟਾਰ ਅੱਜ ਬੈਂਕ ਮੈਂ ਸੜ ਰਹਾ, ਕੱਲ ਕਾ ਸਟਾਰ ਅੱਜ ਬੈਂਕ ਮੈਂ ਸੜ ਰਹਾ। ਸੋ ਤੁਸੀਂ ਜੇ ਨੋਟਿਸ ਕਰੀ ਹੋਣੀ ਗੱਲ, ਇਹਦੇ ਵਿੱਚ ਸਿਰਫ ਮੈਨੇ ਆਪਣੀ ਫੀਲਿੰਗ ਲਿਖੀ ਹੋਈ ਆ, ਜੋ ਜੋ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਉਹਨਾਂ ਨੂੰ। ਦੇਖੋ, ਤੁਹਾਨੂੰ ਕੀ ਚੀਜ਼ ਆਉਣੀ ਚਾਹੀਦੀ ਆ ਜਦੋਂ ਤੁਸੀਂ ਗਾਣਾ ਲਿਖਦੇ ਹੋ? ਤੁਹਾਨੂੰ ਆਪਣੀ ਜ਼ਿੰਦਗੀ ਨੂੰ ਕਾਗਜ਼ 'ਤੇ ਉਤਾਰਨਾ ਆਉਣਾ ਚਾਹੀਦਾ, ਇਹਨੂੰ ਗਾਣਾ ਕਹਿੰਦੇ ਨੇ। ਜਿਹੜਾ ਗਾਣਾ ਤੁਸੀਂ ਲੋਕਾਂ ਨਾਲ ਲੋਕ ਜਿਹੜੇ ਗਾਣੇ ਨਾਲ ਰਿਲੇਟ ਕਰਨਗੇ ਉਹ ਇਹੀ ਗਾਣਾ ਹੋਊਗਾ ਜਿਹਨੂੰ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਗਜ਼ਾਂ 'ਤੇ ਲਿਖੋਗੇ। ਤੁਹਾਨੂੰ ਲਿਖਣ ਦਾ ਇੱਕ ਤਰੀਕਾ ਆਉਣਾ ਚਾਹੀਦਾ, ਉਹ ਮੈਂ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ। ਧੱਕਾ ਸੌਂਗ ਦਾ ਆਪਣੇ ਕਰਿਆ ਸੀ ਕਿ ਤੁਸੀਂ ਧੱਕਾ ਸੌਂਗ ਮਗਰ ਵਰਗਾ ਗਾਣਾ ਕਿਵੇਂ ਲਿਖ ਸਕਦੇ, ਜਿਹੜਾ ਸਿੱਧੂ ਮੂਸੇਵਾਲਾ ਦਾ ਗਾਣਾ ਸੀ। ਅਤੇ ਉਹ ਚੀਜ਼ ਨੂੰ ਦੇਖੋ, ਉਹਨੂੰ ਸਮਝੋ, ਪੈਟਰਨਾਂ ਨੂੰ ਸਮਝੋ ਕਿ ਪੈਟਰਨ ਕਿਹੜੇ ਕਿਹੜੇ ਪੈਟਰਨ ਆਉਂਦੇ ਨੇ। ਦੇਖੋ, ਤੁਹਾਨੂੰ ਜੇ ਲਿਖਣਾ ਨਹੀਂ ਆਉਂਦਾ ਹੈਗਾ, ਮਤਲਬ ਆਪਣੀ ਜ਼ਿੰਦਗੀ ਨੂੰ ਕਾਗਜ਼ 'ਤੇ ਉਤਾਰਨਾ ਨਹੀਂ ਆਉਂਦਾ ਹੈਗਾ, ਅਤੇ ਫਿਰ ਗਾਣਾ ਲਿਖਣ ਦਾ ਕੋਈ ਫਾਇਦਾ ਨਹੀਂ ਹੈਗਾ। ਆਪਣੀ ਜ਼ਿੰਦਗੀ ਨੂੰ ਆਪਣੇ ਕਾਗਜ਼ 'ਤੇ ਉਤਾਰ ਕੇ ਦੇਖੋ ਇੱਕ ਵਾਰ। ਉਤਾਰਨਾ ਵੀ ਐਵੇਂ ਲਿਖਿਆ ਜਾਂਦਾ, ਇੱਕ ਪੈਟਰਨ ਹੁੰਦਾ ਗਾਣਾ ਲਿਖਣ ਦਾ, ਉਹ ਪੈਟਰਨ ਨੂੰ ਫੋਲੋ ਕਰਨਾ ਹੁੰਦਾ ਸਾਰੇ ਗਾਣੇ ਦੇ ਵਿੱਚ। ਸੋ ਉਹ ਆਪਾਂ ਹੋਰ ਵੀਡੀਓ 'ਚ ਗੱਲ ਕਰਾਂਗੇ ਉਸ ਬਾਰੇ, ਪੈਟਰਨਾਂ ਬਾਰੇ। ਇੱਕ ਪੈਟਰਨ ਬਾਰੇ ਤਾਂ ਆਪਾਂ ਨੇ ਧੱਕਾ ਸੌਂਗ ਦੀ ਗੱਲ ਕਰੀ ਆ, ਆਉਣ ਵਾਲੇ ਟਾਈਮ 'ਚ ਹੋਰ ਵੀ ਪੈਟਰਨ ਲੈ ਕੇ ਆਵਾਂਗੇ ਆਪਾਂ ਵੀ ਕਿਹੜੇ ਕਿਹੜੇ ਪੈਟਰਨਾਂ 'ਚ ਗਾਣਾ ਲਿਖ ਸਕਦੇ ਹਾਂ। ਵੈਸੇ ਮੈਂ ਇਹਦੇ ਉੱਤੇ ਇੱਕ ਸ਼ੋਰਟ ਵੀਡੀਓ ਬਣਾਈ ਵੀ ਸੀ ਕਿਹੜੇ ਕਿਹੜੇ ਪੈਟਰਨ ਹੁੰਦੇ ਨੇ, ਅਤੇ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਹੌਲੀ ਹੌਲੀ ਵੀਡੀਓਜ਼ ਦੇ ਵਿੱਚ। ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਅਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।